ਤੁਸੀਂ ਆਪ ਇੱਥੇ ਕੰਮ ਕਰ ਰਹੇ ਹੈਗੇ ਆ ਤੇ ਬੱਚਿਆਂ ਨੂੰ ਕਿਉਂ ਨਹੀਂ ਇੱਧਰ ਪਾਇਆ ਤੁਸੀਂ? ਬੱਚਿਆਂ ਨੂੰ ਕਾਹਨੂੰ ਪਾਣਾ ਜੀ, ਮੈਂ ਜਿਹੜੀ ਕੱਟਣਿਆ ਟਾਈਮ ਕੱਢਣੀ ਆ ਉਹਨੂੰ ਕਾਹਨੂੰ ਪਾਣਾ ਵਾ। ਸੋ ਜਿਹੜਾ ਇੱਕ ਬੇਟਾ ਮਾਤਾ ਜੀ ਦਾ ਉਹ ਤੁਹਾਡੇ ਨਾਲ ਇੱਥੇ ਚਾਹ ਸਟਾਲ ਤੇ ਹਨਾ ਤੁਹਾਡੇ ਨਾਲ ਕੰਮ ਕਰਾ ਰਿਹਾ ਹੈ ਜੀ। ਸੋ ਉਹਨੂੰ ਕੀ ਪ੍ਰੋਬਲਮ ਹੈ ਦੱਸੋ ਜਰਾ? ਇਹਨੂੰ ਅਡਰੰਗ ਹੋਇਆ ਵਾ ਬਚਪਨ ਮਾਰੋਰੀ ਰਹਿੰਦੀ ਆ ਸਾਰੇ 7 ਵਜੇ 8 ਵਜੇ ਉੱਠ ਜਾਂਦੇ ਆ, ਸ਼ਾਮ ਨੂੰ ਸਵੇਰੇ 4 ਵਜੇ ਨਿਕਲ ਜਾਂਦੇ ਆ। ਤੁਹਾਨੂੰ ਆਪ ਨੂੰ ਹੁਣ 15 ਸਾਲ ਹੋ ਗਏ, ਕੋਈ ਫਰਕ ਪਿਆ 15 ਸਾਲਾਂ ਦੇ ਵਿੱਚ ਕੰਮ ਤੇ? ਪਾਪਾ ਹੀ ਜੰਡਾ ਬੁੱਢੇ ਰੋਟੀ ਗੁਜ਼ਾਰਾ ਚਲੀ ਜਾਂਦਾ ਆਪਾਂ। ਅੱਛਾ ਹਾਂ, ਗੁਜ਼ਾਰੇ ਨਹੀਂ ਮਤਵਲਾ ਰੋਟੀ ਨਹੀਂ। ਦਿਲ 'ਚ ਨਹੀਂ ਆਇਆ ਕਿ ਮੇਰੇ ਆਸੇ ਪਾਸੇ ਇੰਨੀਆਂ ਇੰਨੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਬਣ ਗਈਆਂ ਪਰ ਮੈਂ ਅੱਜ ਵੀ ਉਸੇ ਸਟਾਲ ਤੇ ਆ? ਆਪਾਂ ਨੂੰ ਕੋਈ ਨਹੀਂ, ਆਪਾਂ ਨੂੰ ਕਹਿੰਦੇ ਪਰਮਾਤਮਾ ਸਭ ਨੂੰ ਦੇ ਚੰਗੀ ਜਗ੍ਹਾ ਦੁਕਾਨਾਂ, ਆਪਾਂ ਕੀ ਕਿਸੇ ਦਾ ਬੁਰਾ ਮੰਨੀ। ਬਾਦਸ਼ਾਹ ਆਪਾਂ ਨੂੰ ਕਹਿੰਦੇ ਪਰਮਾਤਮਾ ਇੰਨੇ ਦਿਨ ਹੱਡ ਪੈਰ ਚੱਲਦੇ ਇਹਨੂੰ ਖਾ ਰਹੀ ਆ, ਫਿਰ ਜਾ ਕੇ ਬਾਦਵਾ ਜਾ ਰੱਬ ਦਾ ਰਹਿ ਗਿਆ। ਔਖਾ ਨੀ ਲੱਗਦਾ ਇੰਨੇ ਬਜ਼ੁਰਗ? ਤੁਸੀਂ ਦੱਸ ਰਹੇ ਵੀ ਸਵੇਰੇ 4 ਵਜੇ ਆਉਂਦੇ ਆ ਤੇ ਸ਼ਾਮੀ 8 ਵਜੇ ਤੱਕ, ਆਪਾਂ ਨੂੰ ਬੁੱਧ ਕੋਈ ਔਖਾ ਨੀ ਲੱਗਦਾ ਆਪਾਂ ਦੋਸਤੋ। ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਕਈ ਤਰ੍ਹਾਂ ਦੀਆਂ ਕਹਾਣੀਆਂ ਦੇ ਰੂਬਰੂ ਹੁੰਦੇ ਹਾਂ। ਇਹਨਾਂ ਦੇ ਵਿੱਚੋਂ ਕੁਝ ਕਹਾਣੀਆਂ ਮਨ ਨੂੰ ਹੌਸਲੇ, ਹਿੰਮਤ, ਹੱਲਾ ਸ਼ੇਰੀ ਦੇ ਨਾਲ ਭਰ ਦਿੰਦੀਆਂ ਨੇ, ਪਰ ਕੁਛ ਦੇ ਰੂਬਰੂ ਜਦੋਂ ਹੁੰਦੇ ਹਾਂ ਤਾਂ ਦਿਲ ਦੇ ਅੰਦਰ ਬੜੀ ਹਮਦਰਦੀ, ਉਹਨਾਂ ਦੇ ਹਾਲਾਤ ਦੇਖ ਕੇ ਬੜਾ ਹਲੂਣਾ ਜਿਹੜਾ ਦਿਲ ਨੂੰ ਲੱਗਦਾ ਆ। ਅੱਜ ਕਿਸੇ ਹੀ ਤਰ੍ਹਾਂ ਦੀ ਮਾਂ ਦੀ ਕਹਾਣੀ ਦੇ ਰੂਬਰੂ ਕਰਵਾਉਣਾ ਚਾਹੁੰਦੀ ਹਾਂ ਜੋ ਆਪਣੇ ਅਪੰਗ ਬੱਚੇ, ਅਪਾਹਜ ਬੱਚਿਆਂ ਦੇ ਲਈ ਜਿਹੜਾ ਹੈ ਮਿਹਨਤ ਕਰਨ ਦੇ ਲਈ ਬੜੀ ਬਿਰਧ ਉਮਰ ਦੇ ਵਿੱਚ ਮਜਬੂਰ ਹੈ। ਇਸ ਵੇਲੇ ਮੈਂ ਪਟਿਆਲਾ ਦੀ ਅਰਬਨ ਅਸਟੇਟ ਦੇ ਵਿੱਚ ਮੌਜੂਦ ਫੇਜ਼ 1 ਦੀ ਮਾਰਕੀਟ ਦੇ ਵਿੱਚ ਖੜ੍ਹੀ ਹਾਂ। ਤੁਸੀਂ ਦੇਖ ਸਕਦੇ ਹੋ ਬੜੀ ਅਲੀਸ਼ਾਨ ਇਹ ਮਾਰਕੀਟ ਅਤੇ ਬੜੀਆਂ ਅਲੀਸ਼ਾਨ ਇਮਾਰਤਾਂ ਨੇ ਇਹਦੇ ਵਿੱਚ, ਪਰ ਉੱਥੇ ਹੀ ਇਹਨਾਂ ਇਮਾਰਤਾਂ ਦੇ ਸਾਹਮਣੇ ਜਦੋਂ ਅਸੀਂ ਦੇਖਦੇ ਹਾਂ ਤਾਂ ਇੱਕ ਮਾਂ ਜਿਹੜੀ ਆ ਇੱਕ ਛੋਟਾ ਜਿਹਾ ਟੀ ਸਟਾਲ ਲਾਈ ਬੈਠੀ ਹੈ। ਪਿਛਲੇ 15-20 ਸਾਲਾਂ ਤੋਂ ਇਹ ਸਟਾਲ ਜਿਹੜਾ ਇਕੱਲੇ ਸਾਂਭ ਰਹੇ ਹੈਗੇ ਆ ਔਰ ਇੱਥੇ ਚਾਹ ਦਾ ਸਟਾਲ ਇਹ ਲਗਾ ਰਹੇ ਹੈਗੇ। ਕੀ ਆਖਿਰ ਮਜਬੂਰੀ ਹੈ ਕਿ ਇੰਨੀ ਬਜ਼ੁਰਗੀ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਕੋਈ ਸ਼ੌਂਕ ਹੈ? ਇਹ ਸਾਰੀ ਗੱਲਬਾਤ ਜਿਹੜੀ ਹੈਗੀ ਹੈ ਮਾਤਾ ਸੋਮਾ ਹੁਣਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਇਸ ਮਾਂ ਦਾ ਅਸੀਂ ਸਵਾਗਤ ਕਰਦੇ ਹਾਂ। ਮਾਤਾ ਜੀ, ਸਤਿ ਸ਼੍ਰੀ ਅਕਾਲ, ਕੀ ਤੁਹਾਡਾ ਹਾਲ ਹੈ? ਠੀਕ ਆ, ਹਾਲ ਠੀਕ ਹੈ। ਮਾਤਾ ਜੀ ਫਿਰ ਕੀ ਅੱਜ ਕੱਲ ਕੀ ਚੱਲ ਰਿਹਾ ਜੇ? ਬਸ ਚਾਹ ਬਣਾਉਂਦੇ ਆ ਪੁੱਤ, ਮੱਠੀ ਉੱਠੀ ਰੱਖ ਲੈਂਦੇ ਆ। ਤੇ ਕਿੰਨੇ ਕਿੰਨੇ ਸਾਲਾਂ ਤੋਂ ਇੱਥੇ ਚਾਹ ਬਣਾ ਰਹੇ ਹੋ? ਉਹਦਾ ਹੋ ਗਿਆ ਮਾਨੂੰ 50 ਸਾਲ ਦੇ ਨੇੜੇ। 50 ਸਾਲ ਦੇ ਨੇੜੇ ਤੇ ਤੁਸੀਂ ਵਾਲਾ ਕਰ ਰਹੇ ਹੋ? ਘਰ ਵਾਲਾ ਤੁਹਾਡਾ ਕਰ ਰਿਹਾ ਸੀ ਤੇ ਇਕੱਲੇ ਤੁਸੀਂ 15 ਸਾਲ ਤੋਂ? ਉਹ ਫਿਰ ਬਾਅਦ ਨੂੰ ਫਿਰ ਲੱਗੇ ਅਸੀਂ ਕਰਨ, ਉਹ ਖਤਮ ਹੋ ਗਿਆ ਫਿਰ। ਅੱਛਾ, ਫਿਰ ਉਹਨਾਂ ਤੋਂ ਬਾਅਦ ਤੁਸੀਂ? ਹਾਂ, ਫਿਰ ਇਹ ਮਾਰਕੀਟ ਆਏ ਲੱਗੇ ਕਹਿੰਦੇ ਵੀ ਤੂੰ ਬੈਠਣਾ ਘਰ ਵੀ ਤੂੰ ਕੰਮ ਕਰ। ਸੋ ਸ਼ੁਰੂ ਤੋਂ ਹੀ ਜਿਹੜਾ ਤੁਹਾਡਾ ਇਹ ਰੋਜ਼ਗਾਰ ਰਿਹਾ ਹੈਗਾ। ਹਾਂ, ਤੇ ਹੋਰ ਤੁਹਾਡੇ ਜਿਹੜੇ ਘਰ ਵਾਲਾ ਸੀਗਾ ਕੀ ਕੰਮ ਕਰਦਾ ਹੁੰਦਾ ਸੀ? ਮਾਤਾ ਜੀ ਹਲਵਾਈ ਦਾ ਕੰਮ ਕਰਦਾ। ਅੱਛਾ, ਹਲਵਾਈ ਸੀਗੇ ਨਾਲ? ਹਾਂ, ਤੇ ਸ਼ਾਮ ਨੂੰ ਆ ਕੇ ਇੱਥੇ ਸਟਾਲ ਲਾ ਲੈਣਾ? ਹਾਂ, ਲਾ ਲੈਣਾ। ਤੇ ਉਦੋਂ ਵੀ ਤੁਸੀਂ ਕਦੀ ਨਾਲ ਆਏ ਸੀ ਕਿ ਉਦੋਂ? ਹਾਂ, ਆਪਾਂ ਆਏ ਆ ਨਾਲ ਮਿਹਨਤ ਕਰਦੇ ਰਹੇ ਸੀ। ਹਾਂ ਜੀ, ਠੀਕ ਹੈ। ਮਾਤਾ ਜੀ ਕਾਫੀ ਤੁਸੀਂ ਬਜ਼ੁਰਗ ਹੋ ਗਏ ਆ ਹਨਾ, ਤੁਹਾਡੇ ਬੱਚੇ ਵੀ ਹੋਣਗੇ, ਪਰ ਤੁਸੀਂ ਆਪ ਇੱਥੇ ਕੰਮ ਕਰ ਰਹੇ ਹੈਗੇ ਆ ਤੇ ਬੱਚਿਆਂ ਨੂੰ ਕਿਉਂ ਨਹੀਂ ਇੱਧਰ ਪਾਇਆ ਤੁਸੀਂ? ਬੱਚਿਆਂ ਨੂੰ ਕਾਹਨੂੰ ਪਾਣਾ ਜੀ, ਮੈਂ ਜਿਹੜੀ ਕੱਟਣਿਆ ਟਾਈਮ ਕੱਢ ਰਹੀ ਆ ਉਹਨੂੰ ਕਾਹਨੂੰ ਪਾਣਾ ਮੈਂ? ਉਹਨੂੰ ਉਮਰ ਲਾਵਾ ਵਿਚਾਰੇ ਆਪ ਕਰੇਗੇ ਕਾਵੇ ਜੀ। ਕੀ ਔਲਾਦ ਹੈ ਤੁਹਾਡੀ ਮਾਤਾ ਜੀ? ਹੈ ਔਲਾਦ ਕੀ ਕੀ ਹੈ? ਮੇਰੇ ਪਾਸ 2 ਕੁੜੀਆਂ 2 ਮੁੰਡੇ ਆ। 2 ਕੁੜੀਆਂ ਤੇ 2 ਮੁੰਡੇ, ਕੀ ਕਰਦੇ ਨੇ ਉਹ ਕੰਮ ਕਾਰ? ਉਹ ਟੈਂਪੂ ਚਲਾਉਂਦਾ। ਇੱਕ ਬੇਟਾ ਜਿਹੜਾ ਟੈਂਪੂ ਚਲਾਉਂਦਾ ਤੇ ਦੂਜਾ ਬਾਈ ਕਿਉਂ ਹਲੇ ਕਰਦਾ ਬਾ? ਹਾਂ, ਤੇ ਬੇਟੀਆਂ ਜਿਹੜੀਆਂ ਨੇ? ਬੇਟੀ ਇੱਕ ਵਿਆਹੀ ਵੀ ਆ ਬੜੀ, ਇੱਕ ਵਿਆਹੀ ਹੈ, ਇੱਕ ਘਰ ਬੈਠੀ ਆ ਘਰ ਆ। ਹਾਂ, ਅੱਛਾ ਉਹ ਕਿਉਂ ਘਰ ਆ? ਉਹ ਕਿਸੇ ਨੇ ਪਾਗਲ ਕਰ ਰੱਖੀ ਆ। ਅੱਛਾ, ਕੱਪੜੇ ਪਾ ਲੈਂਦੀ ਆ, ਬਾਲ ਪਾ ਲੈਂਦੀਆਂ ਆ, ਅੱਖਾਂ ਗੇ ਬਸ ਛਾਲ ਮਾਰ ਦਿੰਦੀ ਆ, ਲਾਜ ਵੀ ਬਥੇਰਾ ਕਰਾਇਆ ਹੋਇਆ। ਅੱਛਾ, ਤੇ ਉਹ ਤੁਹਾਡੇ ਹੀ ਉਹ ਤੁਹਾਡੇ ਸਿਰ ਤੇ ਉਹਦਾ ਸਾਰਾ? ਉਹ ਸੀਗਾ, ਮੈਂ ਹੀ ਕਰਦੀ ਆ। ਅੱਛਾ, ਤੁਹਾਡੇ ਸਿਰ ਤੇ? ਹਾਂ,
ਠੀਕ ਹੈ ਤੇ ਤੁਹਾਡਾ ਇੱਕ ਬੇਟਾ ਜਿਹੜਾ ਆਟੋ ਚਲਾਉਂਦਾ ਤੇ ਦੂਜਾ ਬੇਟਾ ਜਿਹੜਾ ਪਰ ਦੋਏ ਬੇਟੇ ਜਾਂ ਦੋਏ ਬੇਟੀਆਂ ਦੋ ਬੇਟੇ ਤੇ ਦੋ ਬੇਟੀਆਂ ਨੇ ਸੋ ਜਿਹੜਾ ਇੱਕ ਬੇਟਾ ਮਾਤਾ ਜੀ ਦਾ ਉਹ ਤੁਹਾਡੇ ਨਾਲ ਇੱਥੇ ਚਾਹ ਸਟਾਲ ਤੇ ਹਨਾ ਤੁਹਾਡੇ ਨਾਲ ਕੰਮ ਕਰਦਾ ਹਾਂ ਹਾਂ ਜੀ ਸੋ ਉਹਨੂੰ ਕੀ ਪ੍ਰੋਬਲਮ ਹੈ ਦੱਸੋ ਜਰਾ ਇਹਨੂੰ ਅਡਰੰਗ ਹੋਇਆ ਵਾ ਬਚਪਨ ਜੀ ਇਹ ਤੁਹਾਡਾ ਬੇਟਾ ਹੈ ਜਾਂ ਮਾਤਾ ਜੀ ਇਹ ਬੇਟਾ ਕਿੰਨੀ ਉਮਰ ਹੈ ਇਹਨਾਂ ਦੀ ਹੋ ਗਈ 40-45 40-45 ਸਾਲ ਹੋ ਗਈ ਹੈ ਸੋ ਉਦੋਂ ਤੋਂ ਹੀ ਐਵੇਂ ਇਹਨਾਂ ਨੂੰ ਪ੍ਰੋਬਲਮ ਸੀ ਬਸ ਗਾਇਲ ਕੰਮ ਕਰੀਆਂ ਰੇੜੀ ਲਿਆਂਦਾ ਆ ਜਾਂਦਾ ਅੱਛਾ ਬਸ ਇਤਾ ਅੱਛਾ ਅੱਛਾ ਸੋ ਮਤਲਬ ਇਹ ਇਹਨਾਂ ਦਾ ਬੇਟਾ ਆ ਤੇ ਕਾਫੀ ਬਿਰਧ ਜਿਹੜੀ ਹੈਗੀ ਆ ਅਵਸਥਾ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਕਰ ਰਹੇ ਤਾਂ ਕਿ ਆਪਣੇ ਪੁੱਤ ਤੇ ਧੀ ਦਾ ਜਿਹੜਾ ਗੁਜ਼ਾਰਾ ਜਿਹੜਾ ਤੁਸੀਂ ਕਰ ਸੋ ਇਹਨਾਂ ਦੀ ਜਿਹੜੀ ਸਾਰੀ ਮਾਤਾ ਜੀ ਜ਼ਿੰਮੇਵਾਰੀ ਉਹ ਤੁਹਾਡੇ ਤੇ ਹੀ ਆ ਤੁਹਾਡੇ ਤੇ ਹੀ ਹਾਂ ਤੇ ਤੁਸੀਂ ਤਿੰਨੇ ਜਾਣੇ ਰਹਿੰਦੇ ਜੀ ਹਾਂ ਜੀ ਕਿ ਅੱਛਾ ਕਿ ਕਿੱਥੇ ਉਹਨਾਂ ਦੇ ਵਿੱਚੇ ਆ ਇਮਾਰੋੜੀ ਜਾਂਦੀ ਆ ਸਾਰੇ 7 ਵਜੇ 8 ਵਜੇ ਉੱਜ ਜਾਂਦੇ ਆ ਸ਼ਾਮ ਨੂੰ ਸਵੇਰੇ 4 ਵਜੇ ਨਿਕਲ ਜਾਂਦੇ ਆ ਅੱਛਾ ਹਾਂ ਤੇ ਹੋਰ ਵੀ ਕੋਈ ਕੰਮ ਕਰਦੇ ਜੀ ਸਿਰਫ ਇਹ ਸਟਾਲ ਬਸ ਇਹੀ ਕਰਦੇ ਆ ਬਸ ਇਹੀ ਕੰਮ ਕਰਦੇ ਆ ਤੇ ਮਾਤੇ ਜਿਵੇਂ ਤੁਸੀਂ ਚਾਹ ਦਾ ਸਟਾਲ ਲਾਉਂਦੇ ਸੀਗੇ ਤੇ ਤੁਸੀਂ ਤੁਹਾਨੂੰ ਆਪ ਨੂੰ ਹੁਣ 15 ਸਾਲ ਹੋ ਗਏ ਕੋਈ ਫਰਕ ਪਿਆ 15 ਸਾਲਾਂ ਦੇ ਵਿੱਚ ਕੰਮ ਤੇ ਬਾ ਪਈ ਜਾਂਦਾ ਫਿਰ ਰੋਟੀ ਗੁਜ਼ਾਰਾ ਚਲੀ ਜਾਂਦਾ ਆਪਾਂ ਅੱਛਾ ਹਾਂ ਠੀਕ ਗੁਜ਼ਾਰੇ ਨਹੀਂ ਮਤਵਲਾ ਰੋਟੀ ਨਹੀਂ ਮਤਵਲਾ ਠੀਕ ਹੈ ਤੇ ਜਦੋਂ ਤੋਂ ਤੁਸੀਂ ਇਹ ਲਗਾਉਣ ਲੱਗੇ ਹੈਗੇ ਆ ਤੇ ਉਦੋਂ ਤਾਂ ਇਦਾਂ ਦੀ ਮਾਰਕੀਟ ਨਹੀਂ ਹੋਏਗੀ ਇੱਥੇ ਕੁਛ ਨਹੀਂ ਰਹਾ ਜੰਗਲ ਆ ਉਹ ਉੱਥੇ ਆ ਬਣਿਆ ਆਪਣੇ ਹੱਥ ਦੀ ਤਰੇਕ ਲਾਈ ਵੀ ਆ ਅੱਛਾ ਪੂਰਕੇ ਨੇੜੇ ਉਹ ਗੋਲ ਚੱਕਰ ਵੀ ਨਹੀਂ ਉਹ ਆਪਣੇ ਹੱਥ ਦੀ ਲਾਈ ਆਪਣੇ ਹੱਥੀ ਲਾਈ ਹੋਈ ਆ ਤੇ ਆ ਸਾਰੀ ਮਾਰਕੀਟ ਹੈ ਇੰਨੀ ਆਲੀਸ਼ਾਨ ਮਾਂ ਬਣੀਆਂ ਅੱਛਾ ਕੋਈ ਨਾ ਜੰਗਲ ਦਾ ਅੱਛਾ ਕਦੇ ਦਿਲ 'ਚ ਨਹੀਂ ਆਇਆ ਕਿ ਮੇਰੇ ਆਸੇ ਪਾਸੇ ਇੰਨੀਆਂ ਇੰਨੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਬਣ ਗਈਆਂ ਪਰ ਮੈਂ ਅੱਜ ਵੀ ਉਸੇ ਸਟਾਲ ਤੇ ਆ ਕਿਵੇਂ ਆਪਾਂ ਨੂੰ ਕੋਈ ਨਹੀਂ ਆਪਾਂ ਨੂੰ ਕਹਿੰਦੇ ਪਰਮਾਤਮਾ ਸਭ ਨੂੰ ਦੇਹ ਦੇ ਜੀ ਕਰਾਉਂਦੇ ਚੰਗੀ ਜਗ੍ਹਾ ਦੁਕਾਨਾਂ ਆਪਾਂ ਕੀ ਕਿਸੇ ਦਾ ਬੁਰਾ ਮੰਨੀ ਜੀ ਹਾਂ ਸੋ ਤੇ ਤੁਹਾਨੂੰ ਕਦੀ ਇਦਾਂ ਨਹੀਂ ਲੱਗਾ ਕਿ ਬੱਚੇ ਜਿਹੜੇ ਹੈਗੇ ਉਹਨਾਂ ਦੀ ਜ਼ਿੰਮੇਵਾਰੀ ਵੀ ਤੁਹਾਡੇ ਉੱਤੇ ਹੈਗੀ ਹੈ ਤੇ ਕਿੱਦਾਂ ਇਹਨੂੰ ਤੁਸੀਂ ਪੂਰੀ ਕਰੋਗੇ ਤੁਸੀਂ ਆਪ ਵੀ ਬਿਰਧ ਹੋ ਰਹੇ ਆ ਬਸ ਆਪਾਂ ਨੇ ਕਹਿੰਦੇ ਪਰਮਾਤਮਾ ਇੰਨੇ ਦਿਨ ਹੱਡ ਪੈਰ ਚੱਲਦੇ ਇਹਨੂੰ ਖਾ ਰਹੀ ਆ ਫਿਰ ਜਾ ਕੇ ਬਾਦਵਾਂ ਜਿਹੜਾ ਬਣਾ ਲੈਣਗਾ ਕੋਈ ਆਪ ਪਰ ਮਾਤਾ ਜੀ ਜਿੱਦਾਂ ਬੜੇ ਆਸ਼ਰਮ ਬਣੇ ਹੁੰਦੇ ਆ ਜਿੱਦਾਂ ਆਪਾਂ ਕਹਿੰਦੇ ਬਿਰਧ ਘਰ ਵੀ ਬਣੇ ਹੁੰਦੇ ਆ ਹਨਾ ਕਦੀ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਹਾਲਾਤਾਂ ਦੀ ਮਾਰੀ ਆ ਜਾਂ ਕਿਵੇਂ ਮੈਂ ਵੀ ਉੱਥੇ ਚਲੀ ਜਾਵਾਂ ਜਾਂ ਇਹਨਾਂ ਬੱਚਿਆਂ ਨੂੰ ਉੱਥੇ ਮੈਂ ਕਿਉਂ ਤੁਹਾਡੇ ਮਨ 'ਚ ਇਹ ਨਹੀਂ ਆਇਆ ਮੈਂ ਨਹੀਂ ਰਹਿੰਦੀ ਆ ਮਨ ਕਰਦਾ ਅੱਜ ਕਦੇ ਬੱਚਿਆਂ ਨੂੰ ਵੀ ਕਿ ਜਿਵੇਂ ਬੱਚੇ ਵੀ ਦੋ ਮੇਰੇ ਜਿਹੜੇ ਹੈਗੇ ਆ ਇਹ ਕਿਤੇ ਨਾ ਕਿਤੇ ਸਮਾਜਿਕ ਸਮਾਜ ਦੇ ਵਿੱਚ ਜਿਹੜੇ ਅਪੰਗ ਨੇ ਅਪਾਹਜ ਜਿਹੜੇ ਹੈਗੇ ਕਹਿਲਾਉਂਦੇ ਜਾਂ ਮੈਂ ਇਹਨਾਂ ਨੂੰ ਕਿਤੇ ਛੱਡ ਦਿਆਂ ਇਹ ਹੋ ਨਹੀਂ ਜਿਗਰ ਦੇ ਟੋਟੇ ਆ ਨਾ ਮੈਂ ਇੰਨਾ ਹੈ ਹੱਡ ਬਾਹਰ ਚੱਲਦੇ ਆ ਇੰਨਾ ਖਾਵਾਂਗੇ ਨੂੰ ਫਿਰ ਰੱਬ ਦਾ ਰਾਜ਼ੀ ਪਰਮਾਤਮਾ ਸੋ ਤੁਹਾਡੀ ਜਿਹੜੀ ਤੇ ਜਿਵੇਂ ਅਸੀਂ ਦੇਖਦੇ ਹਾਂ ਜਦੋਂ ਕਦੀ ਅਸੀਂ ਬੱਸ ਸਟੈਂਡਸ 'ਤੇ ਜਾਂਦੇ ਹਾਂ ਤਾਂ ਬੜੀਆਂ ਚੰਗੀਆਂ ਭਲੀਆਂ ਲੇਡੀਜ਼ ਹੱਟੀਆਂ ਕੱਟੀਆਂ ਉਹਨਾਂ ਦੇ ਬੱਚੇ ਵੀ ਹਲੇ ਛੋਟੇ ਹੁੰਦੇ ਆ ਅਤੇ ਜਾਂ ਬੱਚਿਆਂ ਨੂੰ ਵੀ ਜਿਹੜਾ ਮੰਗਣ ਵਾਲੇ ਪਾਸੇ ਨੂੰ ਲਾ ਦਿੰਦੀਆਂ ਆਪ ਵੀ ਮੰਗਣ ਲੱਗ ਜਾਂਦੀਆਂ ਹੈਗੀਆਂ ਤੁਸੀਂ ਇੱਦਾਂ ਦਾ ਨਹੀਂ ਸੋਚਿਆ ਕੀ ਕਾਰਨ ਹੈ ਆਪਾਂ ਜੇ ਕੋਈ ਨਹੀਂ ਸੋਚਿਆ ਜੀ ਆਪਾਂ ਤਾਂ ਬਸ ਕਹਿੰਦੇ ਹੱਡ ਬਾਹਰ ਕਮਾਓ ਖਾਓ ਕਿਸੇ ਅੱਗੇ ਹੱਥ ਰੱਖ ਦਿਓ ਜੇ ਰੱਬ ਨੇ ਰਾਜ਼ੀ ਰੱਖਿਆ ਤੇ ਸਟਾਲ ਲੱਗਾ ਰਹੇਗਾ ਲੱਗਿਆ ਵਾ ਬਸ ਸੋ ਕਿੱਦਾਂ ਇਹਦੇ ਤੋਂ ਮੈਡਮ ਮਾਤਾ ਜੀ ਕਿੰਨਾ ਕੁ ਜਿਹੜਾ ਤੁਹਾਡਾ ਖਰਚਾ ਨਿਕਲ ਜਾਂਦਾ ਇਹਦੇ ਤੋਂ ਦਵਾਈ ਦਾਰੂ ਪੂਰਾ ਹੁੰਦਾ ਬਾ ਨਿਕਲੀ ਜਾਂਦਾ ਪੁੱਤਾ ਪਾ ਪਰਮਾਤਮਾ ਸੀ ਰੋਜੀ ਰੋਟੀ ਰੋਟੀ ਮਿਲੀ ਜਾਂ ਮਨ ਦਵਾਈ ਬਾ ਦਵਾਈ ਹਾਂ ਬੱਚਿਆਂ ਨੂੰ ਰੋਟੀ ਮਿਲ ਜਾ ਮਨ ਨੂੰ ਮਿਲ ਜਾ ਇਹੋ ਹੀ ਬਹੁਤ ਆਪਾਂ ਨੂੰ ਅੱਛਾ ਰੋਟੀ ਪਾਣੀ ਮਿਲੀ ਜਾਂਦਾ ਇਹਦੇ ਤੋਂ ਬਸ ਆਪਣਾ ਕਰ ਲੈਂਦੇ ਹਾਂ ਤੇ ਕਿੰਨੇ ਕੁ ਗਾਹਕ ਆ ਜਾਂਦੇ 4 ਕੁ ਵਜੇ ਤੁਸੀਂ ਲਾਉਂਦੇ ਆ 8 ਵਜੇ ਤੱਕ ਤੇ ਕਿੰਨੇ ਕੁ ਆ ਜਾਂਦੇ ਫਿਰ ਉੱਥੇ ਪਾਣੀ ਪੂਣੀ ਭਰਨਾ ਪੈਂਦਾ ਉਹ ਉੱਥੇ ਦੇ ਲਿਆਉਣਾ ਪੈਂਦਾ ਪਾਣੀ ਅੱਛਾ ਉਹ ਸਾਰਾ ਪਾਣੀ ਪੂਣੀ ਲਿਆ ਕੇ ਭਰ ਕੇ ਫਿਰ ਲੈਂਦੇ ਅੱਛਾ ਫਿਰ ਭਰ ਕੇ ਇੱਥੇ ਰੱਖ ਲੈਂਦੇ ਹਾਂ ਠੀਕ ਹੈ ਠੀਕ ਹੈ ਤੇ ਕੀ ਕੁਝ ਕਹਿਣਾ ਚਾਹੁੰਦੇ ਆ ਤੁਸੀਂ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਜਾਂ ਕੋਈ ਗੱਲ ਤੁਹਾਡੇ ਦਿਲ ਦੀ ਮਮਾ ਤਾਂ ਬਸ ਇਹੀ ਕਹਿੰਦੀ ਪਰਮਾਤਮਾ ਇੰਨਾ ਬੈਠੀਆਂ ਇੰਨਾ ਕਮਾ ਕੇ ਖਾਵਾਂਗੇ ਹਾਂ ਇੰਨਾ ਹੱਡ ਪੈ ਜਾ ਤੇ ਕੋਈ ਸ਼ਿਕਵਾ ਨਹੀਂ ਰੱਬ ਨਾਲ ਹਾਂ ਕਦੀ ਲੱਗਾ ਨਹੀਂ ਕਿ ਮੇਰੇ ਕੱਲੀ ਦੇ ਸਿਰ ਤੇ ਇੰਨਾ ਬੋਝ ਆ ਗਿਆ ਆਪਾਂ ਨੇ ਕੋਈ ਬੋਝ ਨਹੀਂ ਸੋਚਿਆ ਆਪਾਂ ਕਰਦੇ ਹੱਡ ਬੈਠ ਚੱਲਦੇ ਆਪਣੇ ਚਲਾ ਜੀ ਤੋ ਮਾਤੇ ਕੀ ਉਹਨਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੈਗੇ ਆ ਜਿਹੜੀਆਂ ਜਿਹੜੇ ਲੋਕੀ ਜ਼ਿੰਦਗੀ ਤੋਂ ਹਿੰਮਤ ਹਾਰ ਜਾਂਦੇ ਹੈਗੇ ਆ ਆਪਾਂ ਨਹੀਂ ਮਾਤਾ ਪੁੱਛੇ ਹਾਰਦੇ ਹਿੰਮਤ ਆਪਾਂ ਦਾ ਸਮਾਂ ਕਹਿੰਦੇ ਵੀ ਹੋਰ ਵੀ ਕੋਈ ਖਾਵਾ ਮਿਲ ਜਾਏ ਪੂਰੀ ਚੜ੍ਹਦੀ ਹਾਂ ਚੜ੍ਹਦੀ ਗਿਆ ਤੇ ਔਖਾ ਨਹੀਂ ਲੱਗਦਾ ਇੰਨੇ ਬਜ਼ੁਰਗ ਤੁਸੀਂ ਦੱਸ ਰਹੇ ਵੀ ਸਵੇਰੇ 4 ਵਜੇ ਆਉਂਦੇ ਆ ਤੇ ਸ਼ਾਮੀ 8 ਵਜੇ ਤੱਕ ਰਹਿੰਦੇ ਆਪਾਂ ਨੂੰ ਪੁੱਤ ਕੋਈ ਔਖਾ ਨਹੀਂ ਲੱਗਦਾ ਆਪਾਂ ਦਾ ਪਰਮਾਤਮਾ ਦੀ ਜੀ ਤੇ ਤੁਹਾਡੇ ਪੁੱਤਰ ਦਾ ਕੀ ਨਾਮ ਹੈ ਮਾਤਾ ਜੀ ਹਰਵੰਸ ਰਾਏ
ਹਰਬੰਸ ਲਾਲ ਹੈਗਾ ਠੀਕ ਹੈ ਤੇ ਕਿਵੇਂ ਲੱਗਦਾ ਮਾਤਾ ਇੰਨੀ ਮਿਹਨਤ ਕਰਦੀ ਹੈਗੀ ਹੈ ਕਿਵੇਂ ਲੱਗਦਾ ਵੇਖ ਕੇ ਮੰਮੀ ਹੈ ਮੈਂ ਮੰਮੀ ਹੈ ਤੁਹਾਡੀ ਹਾਂ ਤੇ ਕਿਵੇਂ ਲੱਗਦਾ ਇੰਨੀ ਮਿਹਨਤ ਜਦੋਂ ਕਹਿੰਦੇ ਹਰਬੰਸ ਲਈ ਕਰਦੀ ਆ ਮੈਂ ਇੰਨੀ ਮਿਹਨਤ ਚਾਹ ਪਾਣੀ ਹਾਂ ਠੀਕ ਹੈ ਸੋ ਇਹਨਾਂ ਦੇ ਪੁੱਤਰ ਨੇ ਇਹ ਤੇ ਇਹਨਾਂ ਦੀ ਇੱਕ ਧੀ ਵੀ ਹੈ ਜੋ ਕਿ ਮੈਂਟਲੀ ਜਿਵੇਂ ਇਹਨਾਂ ਨੇ ਦੱਸਿਆ ਵੀ ਥੋੜ੍ਹੀ ਅਪਸੈਟ ਹੈਗੀ ਹੈ ਸੋ ਦੋਨਾਂ ਧੀ ਅਤੇ ਪੁੱਤਰ ਦਾ ਜਿਹੜਾ ਖਰਚਾ ਆ ਪਾਲਣ ਪੋਸ਼ਣ ਏ ਉਹ ਮਾਤਾ ਜੀ ਦੇ ਸਿਰ 'ਤੇ ਆ ਸੋ ਆਪਣੀ ਜ਼ਿੰਦਗੀ ਦਾ ਜਿਹੜਾ ਗੁਜ਼ਰ ਬਸਰ ਕਰਨ ਦੇ ਲਈ ਇਹ ਆਪਣੇ ਇਸ ਸਟਾਲ ਨੂੰ ਜਿਹੜਾ ਲੰਬੇ ਸਮੇਂ ਤੋਂ ਇਹ ਲਗਾ ਰਹੇ ਹੈਗੇ ਆ ਸੋ ਅੱਜ ਅਸੀਂ ਤੁਹਾਨੂੰ ਇਹਨਾਂ ਦੀ ਕਹਾਣੀ ਦੇ ਰੂਬਰੂ ਕਰਵਾਇਆ ਪਰ ਇੱਕ ਚੜ੍ਹਦੀ ਕਲਾ ਜੋ ਤੁਸੀਂ ਦੇਖੀ ਕੋਈ ਜ਼ਿੰਦਗੀ ਦੇ ਨਾਲ ਗਿਲਾ ਨਹੀਂ ਹੈ ਕੋਈ ਸ਼ਿਕਵਾ ਨਹੀਂ ਹੈ ਸਿਰਫ਼ ਅਤੇ ਸਿਰਫ ਇੱਥੇ ਚੜ੍ਹਦੀ ਕਲਾ ਆ ਸੋ ਉਹ ਦੇਖ ਕੇ ਜੋ ਹੈ ਉਹ ਦਿਲ ਨੂੰ ਬਹੁਤ ਹੀ ਜ਼ਿਆਦਾ ਜਿਹੜੀ ਹੈ ਤਸੱਲੀ ਮਿਲਦੀ ਹੈ ਸੋ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਸਮਾਜ ਦੀਆਂ ਇਹਨਾਂ ਕਹਾਣੀਆਂ ਦੇ ਜੋ ਸਾਡੀ ਇੱਥੋਂ ਦੀ ਸਿਆਸਤ ਦੀ ਹਕੀਕਤ ਨੂੰ ਵੀ ਬਿਆਨ ਕਰਦੀਆਂ ਨੇ ਕਿ ਇਹ ਮਾਵਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਆਪਣੇ ਘਰਾਂ ਨੂੰ ਚਲਾਉਣ ਦੇ ਲਈ ਤਸ਼ੱਦਦ ਕਹਿ ਲਈਏ ਕਿ ਸਹਿ ਰਹੀਆਂ ਨੇ ਇਸ ਉਮਰ ਦੇ ਵਿੱਚ ਵੀ ਇਸ ਨੂੰ ਵੀ ਰੂਬਰੂ ਕਰਦੀਆਂ ਨੇ ਲਗਾਤਾਰ ਅਜਿਹੀਆਂ ਕਹਾਣੀਆਂ ਦੇ ਰੂਬਰੂ ਕਰਵਾਉਂਦੇ ਰਹਾਂਗੇ ਤੁਸੀਂ ਜੁੜੇ ਰਹਿਣਾ ਰੋਜ਼ਾਨਾ ਸਪੋਕਸਮੈਨ TV ਦੇ ਨਾਲ ਫਿਲਹਾਲ ਮੈਨੂੰ ਅਰਪਣ ਕੌਰ ਨੂੰ ਸਹਿਯੋਗੀ ਕੈਮਰਾਮੈਨ ਦਲਜੀਤ ਸਿੰਘ ਦੇ ਨਾਲ ਦਿਓ ਆਗਿਆ ਧੰਨਵਾਦ